ਓਹੋ ਕਿੰਨੀ ਗਰਮੀ ਹੈ ਯਾਰ, ਕੋਈ ਇਹ ਨਹੀਂ ਕਿ ਪਿੱਛੇ ਲੈਣ ਲੱਸੀ ਲੈਣ ਜਾਂ ਪਾਣੀ ਲੈਣ। 10 ਕਿੱਲੇ ਨੇ ਨਾ ਜਿਹੜੇ ਮੈਂ ਹਾਲ ਵਾਹ ਲੈ ਨੇ, ਇਹਨਾਂ ਬੰਦਿਆਂ ਨੂੰ ਕੋਈ ਪੋਰਾ ਨਹੀਂ ਹੈਗਾ ਕਿ ਚਲੋ ਪਾਣੀ ਦੇ ਦੇਣ, ਜ਼ਹਿਰ ਹੀ ਲਿਆ ਦੇਣ ਮੈਨੂੰ। ਪਤਾ ਨਹੀਂ ਕੀ ਇਹਨਾਂ ਦਾ ਨਾ ਕਰਾਂ ਇਹਨਾਂ ਬੰਦਿਆਂ ਦਾ। ਗੰਦੀ ਔਲਾਦ ਨੂੰ ਡੇਲੀ ਕਹਿਣਾ ਤਿਲ ਕੱਢ ਲੈ, ਤਿਲ ਸਾਰੇ ਖਰਾਬ ਹੋਏ ਪਏ ਨੇ। ਉਹ ਪਤਾ ਨਹੀਂ ਕੀ ਅੰਗਰੇਜ਼ਾਂ ਨੇ ਗੇਮ ਜੀ ਕੱਢੀ ਹੈ, ਉਹ ਐਮਸਟਰ ਰੂਮਸਟਰ ਮੈਨੂੰ ਤਾਂ ਨਾਂ ਹੀ ਨਹੀਂ ਆਉਂਦਾ, ਚੂਹੇ ਦੇ ਵਿੱਚ ਉਂਗਲਾਂ ਮਾਰੀ ਰੱਖਦੇ ਨੇ ਸਾਰੀ ਰੈਡੀ, ਖਾਣਾ ਖਰਾਬ ਹੋ ਗਿਆ ਇਹਨਾਂ ਦਾ। ਔਰ ਵੱਡਲ ਦੀ ਗਈ ਇਹਨਾਂ ਦੀ ਮਾਂ ਵਿਚਾਰੀ ਹਾਲ ਫੇਰਨ ਵਾਸਤੇ ਉੱਥੇ, ਵੱਡਲ ਦਾ ਇਹਨਾਂ ਨੂੰ ਕਹੀ ਜਾਂਦਾ ਲੱਸੀ ਦੇ ਆ, ਮਗਰ ਲੱਸੀ ਦੇ ਆ ਦੇਣ ਹੀ ਨਹੀਂ ਜਾਂਦੇ ਪਏ। ਆ ਮੈਨੂੰ ਆਵਾਜ਼ ਨੀਂਦੀ ਤਾਂ ਪਈ ਟਰੈਕਟਰ 'ਚ, ਮੈਂ ਲੱਗਦਾ ਆ ਗਿਆ ਨਾਲ, ਮੈਨੂੰ ਵੀ ਗਾਲਾਂ ਪਵਾਉਣਗੇ ਨਾਲ, ਆ ਵੀ ਗਾਲਾਂ ਚੱਲਣਗੇ। ਪਤਾ ਨਹੀਂ ਆ ਚੂਹੇ ਦੇ ਵਿੱਚ ਇਹਨਾਂ ਨੂੰ ਕੀ ਲੱਭਦਾ, ਸਾਰੀ ਦਿਹਾੜੀ ਲੱਗੇ ਰਹਿੰਦੇ ਨੇ। ਹਾਏ ਓਏ ਓਏ, ਆ ਤੇ ਚਾਸ ਆ ਗਈ ਓਏ ਓਏ ਲਾਠੂਆ, ਓਏ ਆ ਵੇਖ ਮੇਰੇ 1200 ਮਿਲੀਅਨ ਹੋ ਗਏ ਨੀ, 1200 ਨੋ ਦਾ ਮੇਰੇ 1800 ਹੋ ਗਏ ਨੀ। ਅੱਛਾ ਹਾਂ 1800 ਹੋ ਗਏ। ਹਾਂ ਏ ਬਾਉ, ਹਾਂ 1800 ਬਿਲੀਅਨ ਦੇ ਆਪਨ ਕਿਤੇ ਪੈਸੇ ਟਕਰ ਸਨ? ਓ ਬੇਈਮਾਨ ਆ, ਪੈਸੇ ਓ ਤੂੰ ਪੈਸੇ ਆਣਾ ਹੈ, ਡਾਲਰ ਆ ਸਨ ਡਾਲਰ ਹੈ। ਅੱਛਾ 26 ਤਰੀਕ ਖਾਵਣ ਦੇ, ਇਹ ਤਾਂ ਭਲਾ ਵੇ ਮੇਰੇ ਬੇਲੀ ਦਾ ਮੁਨਵਰ ਹੁਸੈਨ ਰਾਜਪੂਤ ਲਾਹੌਰ ਵਾਲਾ। ਅੱਛਾ ਉਸ ਮੈਨੂੰ ਆਖਾ ਉਹਨੇ ਗੇਮ ਦਿੱਤੀ ਹੈ? ਹਾਂ ਉਸ ਆਖਾ ਕਿ ਆ ਗੇਮ ਡਾਊਨਲੋਡ ਕਰ, ਉਸ ਮੈਨੂੰ WhatsApp ਦੇ ਜ਼ਰੀਏ ਮੈਨੂੰ ਦਿੱਤੀ ਹੈ। ਠੀਕ ਹੈ, ਹਾਂ ਤੂੰ ਆਖਾ ਗੇਮ ਡਾਊਨਲੋਡ ਕਰ ਤੇ ਨਹੀਂ ਡਾਲਰ ਤੇ ਰੁਪਈਏ ਆਮ ਮੱਡੀਆਂ। ਹੁਣ ਮੈਂ ਲੈ ਜਾ ਮੇਨ ਗੱਡੀ ਲੈ ਸਾਂ। ਸਾਰੀ ਦਿਹਾੜੀ ਅੰਬੈਲ ਵਿੱਚ ਬੜੇ ਰਹੋ, ਅੰਗਰੇਜ਼ ਲੁੱਟੀ ਜਾਂਦੇ ਨੇ ਦੋਨੋਂ। ਉਹ ਨਹੀਂ ਲੁੱਟਦੇ ਅੱਬਾ, ਸਾਰੀ ਜ਼ਿੰਦਗੀ ਤੂੰ ਜੁਗੀਆਂ ਚਰੀਆਂ, ਉਥਈਓ ਏਡਾ ਵੱਡਾ ਹੋਇਆ, ਸ਼ਾਦੀ ਉਥਈਓ ਕੀਤੀ, ਸਾਨੂੰ ਵੀ ਉਥਈਓ ਜਮਾਇਆ, ਤੇ ਕੀ ਹੋਇਆ ਜੀ ਹੁਣ ਅੱਜ ਅਸੀਂ ਗੇਮ ਖੇਡਦੇ ਪਏ ਹਾਂ, ਤੈਨੂੰ ਇਨਸ਼ਾਅੱਲਾ ਕੋਠੀ ਪਾ ਦੇ ਸਾਂ ਉੱਥੇ ਰੋਡ ਦੇ ਉੱਤੇ। ਦਰਜੀ ਜੀ ਮੈਨੂੰ ਕਾਲ ਆਈ ਏ। ਕੀ ਆਂਦਾ? ਨਹੀਂ ਪਤਾ ਤੈਨੂੰ, 1500 ਰੁਪਈਆ ਖਾਤੇ ਵਿੱਚ ਲਿਖੀ ਖਲੋਤਾ, ਕੀ ਕਰਵਾਇਆ? ਓ ਯਾਰ ਓਏ ਅੱਬਾ ਜੀ, ਓ ਇਹਦੇ ਚ ਅਸੀਂ ਦੋਵੇਂ ਪੈਸੇ ਕਰਵਾਇਆ। ਆਵੇ ਕਿ ਨਾ ਆਵੇ, ਆ ਤੂੰ ਵੀ ਉੱਤੇ ਇਹੀ ਕਰ ਤੇ ਵੇਖ ਵੇਖ, ਬੜਾ ਮਜ਼ਾ ਆਉਂਦਾ ਇਹੀ ਕੀਤੀ, ਉੱਤੇ ਬਾ ਇਹੀ ਉਂਗਲਾਂ ਮਾਰੀ ਜਾ ਇਹਦੇ ਉੱਤੇ, ਆ ਕੰਮ ਹੈ ਸਾਰਾ ਤੇ ਰੁਪਈਏ ਹੀ ਰੁਪਈਏ ਆਮ ਪਈਏ ਰੁਪਈਏ। ਮੈਂ ਤੁਹਾਡੀ ਗੱਲ ਦਾ ਯਕੀਨ ਤਾਂ ਕਰ ਲੈਣਾ, 3 ਮਹੀਨੇ ਹੋ ਗਏ ਤੁਹਾਨੂੰ ਖਪਦੇ ਨੂੰ, ਮੈਨੂੰ ਕੁਝ ਵਿਖਾਓਗੇ ਫਿਰ ਹੀ ਮੈਂ ਯਕੀਨ ਕਰਾਂਗਾ ਤੁਹਾਡੇ ਤੇ। ਓਹੋ ਓਏ ਅੱਬਾ, ਆ ਤੂੰ ਪੁਰਾਣੇ ਜ਼ਮਾਨੇ ਦਾ ਬੰਦਾ ਹੈਗਾ, ਹੁਣ ਤੈਨੂੰ ਕੀ ਅਸੀਂ ਸਮਝਾਈਏ, ਨਾਲੇ ਤੈਨੂੰ ਸਮਝਾਵਣਾ ਤੇ ਉੱਠ ਨੂੰ ਰਿਕਸ਼ੇ ਚ ਬਾਵਣਾ ਹੈ ਇੱਕ ਬਰਾਬਰ। ਮੇਰੀ ਗੱਲ ਸੁਣੀ ਨਾ, ਆ ਵੇਖ ਆ ਵੇਂਦਾ ਪਿਆ, ਆ ਕਿਹੜੀ ਲੰਮੀ ਲੈਣ ਨੰਬਰਾਂ ਵਾਲੀ ਆਈ ਖਲੋਤੀ ਹੈ, ਇਹ ਸਾਰੇ ਵੱਡੇ ਆਉਂਦਾ ਪੀ 26 ਤਰੀਕ, ਵੱਡੇ ਹੀ 26 ਤਰੀਕ ਤੇ ਵੱਡੇ ਇਹਦਾ ਵਿਡਰਾ ਆਉਂਦਾ ਪੀ ਗੇਮ ਦਾ, ਤੇ ਰੁਪਈਆ 10 ਕਰੋੜ ਰੁਪਈਆ ਆ ਸੀ ਇਹਦਾ ਆਪਾਂ ਨੂੰ, 10 ਕਰੋੜ ਮੈਨੂੰ ਆ ਸੀ ਤੇ ਇਹਦੇ ਘਣੇ ਨਹੀਂ ਮੇਰੇ ਨਾਲ ਟੋਕਨ, ਇਹਦਾ 15 ਕਰੋੜ ਆ ਸਨ ਤਕਰੀਬਨ। ਬਾਹੂ ਫਿਰ ਭਾਵੇਂ ਨੰਦ ਵੇ ਨਾਂਦਾ ਰਵੀ। ਹਾਂ ਰੁਪਈਏ, ਹਾਂ ਰੁਪਈਏ ਰੋਕੜੇ ਡੇਮੇ ਡੇਮੇ ਉਡਾਵੇ ਪੀ ਭਾਵੇਂ। ਇਸਲਾਮਾਬਾਦ ਸ਼ੋਪਿੰਗ ਕਰਨ ਜਾਵਾਂਗਾ ਬੱਚਾ, ਫਿਰ ਮੈਨੂੰ ਵੀ ਕਾਰ ਕੂਰ ਲੈ ਕੇ ਦੇਸੋ। ਓਏ ਅੱਬਾ
ਤੂੰ ਕਾਰ ਦੀ ਨਾ ਲੈਣਾ ਮੈਂ ਨਾ ਤੈਨੂੰ ਮੈਂ ਡਾਲਾ ਲਾਇਆ ਦੇ ਸਾ ਵੀਗੋ ਡਾਲਾ ਇੱਕ ਤੂੰ ਟੈਨਸ਼ਨ ਨਾ ਲੈ ਪੋਲੀ ਨਰਮ ਨਰਮ ਸੀਟ ਉਸ ਉੱਤੇ ਬਹਿ ਗਿਆ ਕਿਤੇ ਸਕੂਨ ਨਾਲ ਬਜਾਇਆ ਕਰੀ ਅੱਛਾ ਲੈ ਤੇ ਮੈਂ ਤਾਂ ਕਿਹਾ ਨਾਲੇ ਕੋਈ ਨਵੀਂ ਨਵੀਂ ਗੇਮ ਹੈ ਤਾਂ ਅਗਾ ਉਮਰਾਂ ਸਾਰੀ ਚੱਲਣੀ ਹੈ ਲਾਖ ਦੀ ਲਾਨਤ ਜੇ ਤੁਹਾਡੇ ਮੂੰਹ ਤੇ ਆ ਬਗੈਰਤ ਬੰਦਾ ਹੁੰਦਾ ਪਾਣੀ ਜਾਂ ਕੋਈ ਲੱਸੀ ਜਾਂ ਕੋਈ ਦੇ ਦਿਓ 10 ਕਿੱਲੇ ਮੈਂ ਜ਼ਮੀਨ ਵਾਹ ਕੇ ਆਈ ਬੈਠੀ ਆ ਤੁਸੀਂ ਇੰਨੇ ਹੋਣ ਦੇ ਬਾਵਜੂਦ ਬੰਦੇ ਤੇ ਕੰਮ ਮੈਂ ਕਰਦੀ ਫਿਰਨੀ ਆ ਤੈਨੂੰ ਸ਼ਰਮ ਆਣੀ ਚਾਹੀਦੀ ਡੁੱਬ ਕੇ ਮਰ ਜਾਓ ਤੇ ਖਾਂਗੜਾ ਤੂੰ ਤਾਂ ਇਹ ਕਰ ਲੈ ਚਲੇ ਇਹ ਬਾਲ ਤਾਂ ਲੱਗੇ ਖਲੇ ਨੇ ਤੂੰ ਤਾਂ ਮੈਨੂੰ ਪਾਣੀ ਦੇ ਆਂਦਾ ਮੈਂ ਕਿਹੜਾ ਕਿਹੜਾ ਕੰਮ ਕਰਾਂ ਵੱਡਲ ਦੇ ਇਹਨਾਂ ਨੂੰ ਆਖੀ ਜਨਾ ਉਂਗਲਾਂ ਨੂੰ ਲੱਗੇ ਹੋਏ ਨੇ 10 ਕਿੱਲੇ ਜ਼ਮੀਨ ਮੈਂ ਵਾਹੀ ਹੈਗੀ ਏ ਤੇ ਮੈਂ ਆਈ ਬੈਠੀ ਆ ਤੈਨੂੰ ਨਹੀਂ ਦੱਸਦਾ ਸੀ ਕਿ ਮੇਰੀ ਮਾਂ ਗਈ ਹੋਈ ਜ਼ਮੀਨ ਵਾਂ ਚਲ ਮੈਂ ਲੱਸੀ ਦੇ ਆਵਾਂ ਕੁੱਟ ਲੱਸੀ ਨਹੀਂ ਦਿੰਦੇ ਮੈਨੂੰ ਜ਼ਹਿਰ ਹੀ ਦੇ ਦਿਓ ਪਰ ਮੈਂ ਮਰ ਤਾਂ ਜਾਵਾਂ ਜਾਨ ਛੁੱਟੇ ਤੁਹਾਡੇ ਤੋਂ ਓਹੋ ਆ ਬੁੜੀਏ ਆ ਇੱਕ ਤਾਂ ਤੂੰ ਗਰਮੀ ਦੀ ਬਲਾਂ ਦੇ ਵਿੱਚ ਧੁੱਪ ਦੇ ਵਿੱਚ ਵਾਹ ਤੇ ਆਈ ਹੈ ਤੇਰਾ ਵੀ ਕਸੂਰ ਕੋਈ ਨਹੀਂ ਆ ਇੱਥੇ ਲਾ ਜਾ ਬਾਓ ਮੇਰੇ ਕੋਲੋਂ ਤੈਨੂੰ ਸਮਝਾਈਨਾ ਸਾਰਾ ਕੁਝ ਇੱਥੇ ਬਾ ਓਏ ਬੁੜਿਆ ਤੂੰ ਵੀ ਬਹਿ ਜਾ ਯਾਰ ਬਾਬਾ ਖੁਦਾ ਦਾ ਨਾ ਇੱਥੇ ਬਹਿ ਜਾ ਯਾਰ ਬਹਿ ਜਾ ਬਹਿ ਜਾ ਓ ਮੈਂ ਕਮਲਾ ਨਹੀਂ ਆ ਜਿਹੜਾ ਸਾਰਾ ਦੇ ਬਹਿ ਤੇ ਅਈਂ ਕੀਤੀ ਰੱਖਾਂ ਆ ਵੇਖ ਆ ਵੇਖ ਆ ਟੋਕਨ ਜਵੇਂ ਦੀ ਪਈਆਂ ਲੈਣਾ ਜੀਆਂ ਉੱਤੇ ਇਹ ਰੁਪਈਏ ਆਉਂਦੇ ਭੈਣ ਵੱਡੇ ਆਪਣੇ ਹੋਮਸਟਾਰ ਕੈਂਬਟ ਇੱਕ ਨਵੀਂ ਗੇਮ ਆਈਏ ਇਹ ਉਹਦੇ ਵਿੱਚ ਪੈਸੇ ਆਉਂਦੇ ਨੇ ਬੜੀ ਦੁਨੀਆ ਇਹਦੇ ਦੁਨੀਆ ਪੂਰੀ ਕਮਾਈ ਤੇ ਲੱਗੀ ਖਲੋਤੀ ਹੈ ਮੈਂ ਆਣਾ ਮੰਮੀ ਕੋਈ ਲੈ ਆਵਾਂ ਆਪਾਂ ਨੂੰ ਮੱਡੀਆਂ ਆਸਣ ਮੱਡੀਆਂ ਡਾਲਾ ਰੋਸਣ ਮੈਂ ਕੋਈ ਐਵੇਂ ਨਹੀਂ ਖੇਡਦਾ ਪਿਆ ਹੈ ਵੀ ਅੱਲਾ ਦਾ ਦਿੱਤਾ ਆਪਾਂ ਨੂੰ ਅੱਲਾ ਨੇ ਬਹੁਤ ਦਿੱਤਾ ਹੈਗਾ ਇਹ ਗੇਮਾਂ ਦੇ ਵਿੱਚ ਨਾ ਲੱਗੇ ਰਿਹਾ ਕਰੋ ਇਹਦਾ ਰੰਗ ਵੇਖ ਕਿਵੇਂ ਹੋ ਗਿਆ ਕਾਲਾ ਸ਼ਾਹ ਤੇ ਤੂੰ ਸ਼ੂਗਰ ਦਾ ਮਰੀਜ਼ ਹੁੰਦਾ ਜਾਂਦਾ ਹੈ ਲੋਕੀ ਆਂਦੇ ਦੌਲੇ ਸ਼ਾਹ ਦਾ ਚੂਹਾ ਕਿੱਥੋਂ ਫੜ ਲਿਆਈ ਹੈ ਤੇਰਾ ਪੁੱਤਰ ਨਹੀਂ ਲੱਗਦਾ ਦੌਲੇ ਸ਼ਾਹ ਦਾ ਚੂਹਾ ਲੱਗਦਾ ਹੈਗਾ ਹੈ ਛੱਡੋ ਤੁਸੀਂ ਪਰਾਂ ਤੇ ਆਪਣੀਆਂ ਜ਼ਮੀਨਾਂ ਵਾਹ ਲਵੋ 10-12 ਕਿੱਲੇ ਜ਼ਮੀਨ ਹੈ ਕੋ ਥੋੜੀ ਨਹੀਂ ਮਿਹਨਤ ਕਰੋ ਬੱਚਾ ਇਹਨਾਂ ਦੇ ਵਿੱਚ ਕੁਝ ਨਹੀਂ ਹੈ ਅੰਗਰੇਜ਼ ਕੋ ਉਤਰੇ ਨੇ ਕੋਈ ਨਵਾਂ ਹੀ ਕੰਮ ਕਾਢ ਦਿੱਤਾ ਹੈਗਾ ਹੈ ਓਹੋ ਓਏ ਅੰਮਾ ਨਾ ਤੈਨੂੰ ਅਗਲੀ ਗੱਲ ਦਾ ਪਤਾ ਨਾ ਪਿਛਲੀ ਦਾ ਪਤਾ ਜਿਹਨੇ ਮੂੰਹ ਵਿੱਚ ਆਜਦੀ ਹੈ ਤੂੰ ਵਗਾਈ ਅੰਨੀ ਹੈ ਉਹ ਨਿਰੇ ਮੱਡ ਉਸਣ ਮੱਡ 10 ਕਰੋੜ ਰੁਪਈਆ ਆਉਂਦਾ ਪਈ ਹੈ ਥੋੜਾ ਗਣਾ ਨਹੀਂ ਬੈਰੀਆ ਟਾਊਨ ਦੇ ਵਿੱਚ ਜਾ ਤੇ ਮੈਂ ਪਲਾਟ ਦੀ ਸਾਈ ਦੇ ਆਇਆ ਮੈਂ ਆਪਦੇ ਯਾਰ ਮੁਨਵਰ ਹੁਸੈਨ ਰਾਜਪੂਤ ਲਾਹੌਰ ਵਾਲਾ ਜਿਹੜਾ ਉਹਦੇ ਨਾਲ ਪਲਾਟ ਦੇ ਨਾਲ ਪਲਾਟ ਲੈਣਾ ਕਮਲੀਏ ਸਹੀ ਆਉਂਦੇ ਨੇ ਆਪਾਂ ਵੀ ਕੋਈ 5 ਪਾੜ ਲੈਂਦੇ ਤੇ ਆਪਾਂ ਵੀ ਇਹਨਾਂ ਤਰ੍ਹਾਂ ਉਂਗਲਾਂ ਮਾਰ ਰਹੇ ਹੈ ਮਾਰਨ ਦੇ ਇਹਨਾਂ ਨੂੰ ਉਂਗਲਾਂ ਲੱਗੇ ਰਹੋ ਪੁੱਤਰ ਲੱਗੇ ਰਹੋ ਵੀ ਵਾਕਈ ਪੈਸੇ ਆਉਂਦੇ ਆ ਜਾਂ ਤੁਸੀਂ ਐਵੇਂ ਹੀ ਲੱਗੇ ਜਾਂਦੇ ਜੇ ਉਹ ਨਾ ਆਵੇ 26 ਤਰੀਕ ਵਾਲੇ ਦਿਨ ਮੰਜੀਆਂ ਮਾਰ ਲੈ ਕੇ ਪਏ ਆਵੋ ਉਹ ਆ ਅੰਮਾ ਇਵੇਂ ਗੱਲ ਏ ਰੁਪਈਏ ਆ ਸਨ ਤੇ ਮੇਰਾ ਦਿਲ ਕਰਦਾ ਕਿ ਮੈਂ ਤੁਹਾਨੂੰ ਨਾ ਅੰਦੋ ਸਾਹ ਜਿਵੇਂ ਰੁਪਈਏ ਆਵਣ ਨਾ ਮੈਂ ਤੈਨੂੰ ਤੇ ਅੱਬੇ ਨੂੰ ਐਤਕੀ ਅਮਰੀਕਾ ਗੱਲ ਦੇਵਾਂ ਹਨੀਮੂਨ ਤੇ ਸਾਰਾ ਮੈਂ ਸਾਰਾ ਨਾਲ ਉਕਾਲਿਆ ਮੈਂ ਤੈਨੂੰ ਉੱਚੀ ਅੱਡੀ ਵਾਲੀ ਜੁੱਤੀ ਲੈ ਦੇਵਣੀ ਏ ਮੱਲੇ ਚੁਲਕ ਨਹੀਂ ਤਾਂ ਬੰਦੇ ਤੈਨੂੰ ਗਿੱਡੀ ਗਿੱਡੀ ਆਖਦੇ ਤੇ ਮੇਰੇ ਬੜੀ ਗੈਰਤ ਆਉਂਦੀ ਏ ਮੈਨੂੰ ਤਾਂ ਨਾ ਫਿਰ ਐਵੇਂ ਕਰੀ ਲੋਰੋ ਨਾ ਨਾਰਕਲੀ ਬਾਜ਼ਾਰ ਚ ਸ਼ਾਪਿੰਗ ਕਰਾ ਦੇਵੀਂ ਉੱਥੇ ਚੀਜ਼ਾਂ ਬੜੀਆਂ ਸਸਤੀਆਂ ਸੋਹਣੀਆਂ ਲੱਭਦੀਆਂ ਨੇ ਉੱਥੇ ਲੈ ਚੱਲੀ ਮੈਂ ਓਏ ਅੰਮਾ ਤੂੰ ਸਸਤੀਆਂ ਦਾ ਉਹੀ ਪੁਰਾਣੇ ਦੌਰ ਦੀਆਂ ਗੱਲਾਂ ਕਰਦੀ ਪਈਆਂ ਆਪਾਂ ਅਮੀਰ ਰੋਜ਼ ਅਸਾਂ ਐ ਰੁਪਈਏ ਰੁਪਈਏ ਆਮ ਨਾਲੇ ਤੈਨੂੰ ਅਨਾਰਕਲੀ ਬਾਜ਼ਾਰ ਇਹ ਸ਼ਾਪਿੰਗ ਕਰਾ ਸਾਂ ਅਗਲ ਤਾਂ ਤੈਨੂੰ ਮੈਂ ਉੱਥੇ ਹਸਪਤਾਲ ਹੀ ਲੈ ਜਾ ਸਾਂ ਉਹਨੂੰ ਆਸਾਂ ਇਹਦੀ ਪਲਾਸਟਿਕ ਸਰਜਰੀ ਕਰ ਦਿਓ ਫਿਰ ਬਣਵਾ ਦੇ ਸਾਂ ਤੈਨੂੰ ਸੋਹਣੀ ਬਲਾਟੂ ਮੈਂ ਆਪਣਾ ਹਾਲ ਕਿੱਥੇ ਦਾ ਹਾਲ ਕਿੱਧਰ ਗਏ ਗੱਡੀ ਤਾਂ ਹੋਣੀ ਲਾਜ਼ਮੀ ਆਪਾਂ ਅਮੀਰ ਜੋ ਜਸਾਂ ਬਈ ਗੱਡੀ ਤੇ ਗਏ ਕਰਸਾਂ
ਪਹਿਲੇ 6 ਮਹੀਨਾ ਪਹਿਲੇ ਜਮਾ ਕਰਾਵਣੀ ਪੈਂਦੀ ਉਹਨਾਂ ਨੂੰ। ਬਸ ਸਾਲਿਓ ਤੁਸੀਂ ਅਮੀਰ ਜਦੋਂ ਆਵਾਂਦੇ ਆਵਾਂਦੇ ਮੇਰੇ ਘਰ ਦੀਆਂ ਚੀਜ਼ਾਂ ਤਾਂ ਨਾ ਵੇਚੋ। ਤੁਹਾਡਾ ਖਾਣਾ ਖਰਾਬ ਹੋਵੇ ਚਮਚੀ ਦੇ ਮੂੰਹ ਵਾਲੇ ਕੋਈ ਤੇ ਚਾਹੀਦਾ ਕੰਮ ਕਰ ਲਿਆ ਕਰ ਬਗੈਰ ਤੇ ਆ ਵੀ ਬਗੈਰਤ ਨਹੀਂ ਦੱਸਦਾ ਕੋਈ ਚਾਹੀਦਾ ਕੰਮ ਦੱਸਦਾ ਰਿਹਾ ਕਰੋ। ਮੈਨੂੰ ਲੱਗਦਾ ਕਦੀ ਕਦੀ ਤੂੰ ਮੇਰੀ ਮਾਂ ਹੀ ਨਹੀਂ ਹੈ। ਮਾਂ ਕੋਈ ਨਵੀਂ ਲੱਭ ਲਾ ਨਵੀਂ ਪਿਓ ਨੂੰ ਕਰਾ ਦਿਓ। ਵੇਖ ਲੈ ਕੰਜਰ ਨਾ ਹੋਵਣ ਤਾਂ। ਹੁਣ ਵੇਖ ਲੈ ਨਾ ਤੁਹਾਡੀ ਮਾਂ ਬੇਇੱਜ਼ਤੀ ਕਰਕੇ ਗਈ ਏ। ਇਹ ਨਾ ਹੋਵੇ 26 ਤਰੀਕ ਨੂੰ ਮੇਰੀ ਵੀ ਬੇਇੱਜ਼ਤੀ ਕਰਵਾਓ ਆ ਚਿੱਟੀ ਦਾੜੀ ਦੇ ਵਿੱਚ ਖੇ ਪਵਾ ਲਓ। ਓਏ ਅੱਬਾ ਓ ਯਾਰ ਇੱਕ ਤਾਂ ਤੂੰ ਯਕੀਨ ਨਹੀਂ ਕਰਨਾ ਬੰਦੇ ਦਾ। ਤੈਨੂੰ ਜੋ ਮੈਂ ਸਾਰੀ ਗੱਲ ਕੀਤੀ ਸਾਰੀ ਗੱਲ ਠੀਕ ਏ ਸੱਚੀ ਏ। ਨਾਲੇ ਵੇਖੀ ਨਾ ਤੇਰੇ ਲਾਲਚ ਦੇ ਵਿੱਚ ਵੇਖ ਲੈ ਮੇਰੇ ਕਿਤੇ ਟੋਕਨ ਮਿਸ ਹੋ ਗਿਆ। ਓ ਲਾਟੂਆ ਐ ਕੰਮ ਕਰੀਏ ਆਪਾਂ ਨੂੰ ਚਲੀਏ ਟਾਲ ਆਓ ਥੱਲੇ ਬਕੈਣ ਦੇ ਅੱਜ ਗਰਮੀ ਬੜੀ ਲੱਗੀ ਜਾਂਦੀ ਆ। ਚਲ ਆ ਆਏ 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 ਘਣੇ ਕਮਾਈ ਜਾਣ ਨਾ ਇਹਨੂੰ ਹੋਰ ਵਧਾਵਣੇ ਨਾ ਆਪਾਂ। ਵਧਾਈ ਆ ਇਹਨਾਂ ਨੂੰ ਚੱਲ ਟੋਰ। ਬੰਦਿਆ ਠੂੰਗਾ ਨਹੀਂ ਛੱਡਣਾ ਠੂੰਗਾ ਮਾਰੀ ਆ ਉੱਤੇ ਮੋਬਾਈਲ ਦੇ ਅੱਗੇ ਆ ਜਿਹੜਾ ਚੂਹਾ ਜਿਹਾ ਬਣਾ ਨਾ ਇਹਦੇ ਉੱਤੇ ਟੈਪ ਟੈਪ ਕੀਤੀ ਆ ਬਸ ਰੁਪਈਆ ਬਣਾਵਣੇ ਨਾ ਆਪਾਂ। ਇਹ ਹੱਕ ਹੁਣ ਤੇਰਾ ਬਣਦਾ ਮੇਰੇ ਬਰਾਬਰ ਅੱਪੜ ਤੂੰ ਕਾਲੀ ਕਾਲੀ ਨਾਲ। ਠੀਕ ਹੈ ਮੈਂ ਪੜਿਆ ਸੀ ਤੂੰ ਟੈਨਸ਼ਨ ਨਾ ਲੈ ਯਾਰ ਰੋਲਾ ਹੀ ਕੋਈ ਨਹੀਂ। ਹਾਂ ਓਏ ਆ ਕੌਣ ਆਉਂਦਾ ਪਿਆ ਕਾਲੇ ਮੂੰਹ ਵਾਲਾ ਮਿੱਠਾ ਕੋਈ ਗੱਲ ਨਹੀਂ ਪੁੱਤਰ ਨਿਬੜ ਲੈ ਸਾ ਤੁਹਾਡੇ ਨਾਲ ਚਲੋ ਆਵਣ ਦੇ ਇਹਨੂੰ ਅਗਾਂਹ ਕਰੀ। ਗੱਲ ਸੁਣ ਲੈ ਛੜਿਆ ਅੱਜ ਬੈਠੋ ਮੈਂ ਰੁਪਈਏ ਲੈ ਤੇ ਜਾ ਸੋ 10,000 ਬੜੇ ਦੇ ਹੋ ਗਏ ਮੈਨੂੰ ਤੈਨ ਲੱਭਦੇ ਨੂੰ ਰੁਪਈਏ ਲਿਆ ਕੇ ਦੇ ਮੈਨੂੰ। ਆ ਗੱਲ ਸੁਣ ਲੈ ਮੇਰੀ ਦਿਲੀਆਂ ਵਾਛ ਵਾਲੇ ਖੋਤੇ ਆ ਕੇ ਗੱਲ ਇਹ ਕਿ ਅੱਜ ਤੋਂ ਬਾਅਦ ਮੈਨੂੰ ਛੜਾ ਛੜਾ ਨਾ ਸੱਦੀ ਮੈਨੂੰ ਸੇਠ ਛੜਾ ਸਦਾ ਕੀਤਾ ਕਰ। ਹੁਣ ਮੈਂ ਸੇਠ ਹੋ ਗਿਆ ਹੂੰ ਹੁਣ ਮੈਂ ਅਗਲਾ ਛੜਾ ਨਹੀਂ ਰਹੀ ਹਾਂ ਜਿਹੜਾ ਤੂੰ ਅਗਲਾ ਲੱਟ ਛੜਾ ਸਮਝਦੇ ਮੈਂ ਉਹ ਨਹੀਂ ਰਹੀ ਹਾਂ ਮੈਂ ਹੁਣ ਸੇਠ ਬਣ ਗਿਆ ਹੂੰ। ਤੂੰ ਕਿਹੜੇ ਪਾਸੋਂ ਸੇਠ ਬਣ ਗਿਆ 10,000 ਮੇਰਾ ਤੇਰੇ ਕੋਲ ਦਿੱਤਾ ਨਹੀਂ ਜਾਂਦਾ ਸੇਠ ਸਦਾ ਤੈਨੂੰ ਮੈਂ। ਓਹੋ ਇੱਕ ਤਾਂ ਉਹ ਯਾਰ ਰਹਿ ਗਿਆ ਨਾ ਤੂੰ ਦੀ ਉਹ ਮਿੱਠੇ ਦਾ ਮਿੱਠਾ ਖੋਤੇ ਕੋਟੂ ਜਾਂ ਕੁਬਾਰ ਦਾ ਕੁਬਾਰ ਹੀ ਰਹਿ ਗਈ ਹੋ ਤੇਰੀ ਅਗਾਂਹ ਅਕਲ ਨਾ ਕੰਮ ਕੀਤੀ। ਓਏ ਅੱਲਾ ਦੇ ਬੰਦੇ ਆ ਤੂੰ ਦੱਸ ਯਾਰ ਮੈਂ ਨਹੀਂ ਦੱਸਣਾ ਤੂੰ ਦੱਸ ਇਹਨੂੰ ਮੇਰੀ ਅੱਖੀ ਨੂੰ ਨਹੀਂ ਸਮਝ ਆਉਂਦੀ। ਚਾਚਾ ਮਿੱਠਿਆ ਓਹੋ ਓ ਲਾਂਤੀ ਇਨਸਾਨ ਆ ਠੂਕੇ ਛੱਡੀ ਜਾਂਦਾ ਹੈ ਉਂਗਲਾਂ ਲਾਈ ਰੱਖ। ਚਲ ਮਿੱਠਿਆ ਤੈਨੂੰ ਯਾਦ ਹੈ ਤੈਨੂੰ 2 ਮਹੀਨੇ ਪਹਿਲੇ ਤੈਨੂੰ ਮੈਂ ਆਖਾ ਮੋਬਾਈਲ ਲੈ ਲੈ ਤੇ ਤੈਨੂੰ ਆ ਗੇਮ ਕਰ ਦੇਣਾ। ਓਏ ਉਂਗਲਾਂ ਮਾਰ ਉੱਤੇ ਇਹਦੇ ਚਵਲ ਇਨਸਾਨ ਆ ਮੋੜ ਛੱਡੀ ਜਾਂਦਾ ਗੈਪ ਨਾ ਪਾ। ਉਹ ਗੇਮ ਚ ਅਸੀਂ ਪੈਸੇ ਕਮਾ ਰਹੇ ਹਾਂ ਮੇਰਾ ਭਾਉ ਜਿਹੜਾ ਈ ਉਹ ਲਈ ਖੜਾ ਈ 10 ਕਰੋੜ ਰੁਪਈਆ ਇਹਦੇ ਵਿੱਚੋਂ ਰੁਪਈਏ ਆਮ
ਮੈਂ ਕਿਹਾ ਲਾਹੌਰ ਬੈਰੀਆ ਟਾਊਨ ਦੇ ਵਿੱਚ ਪਲਾਟ ਦੀ ਬੁਕਿੰਗ ਹੀ ਕਰਾ ਆ ਤੇ ਖਾਜੇ ਮੋਟਰ ਵਾਲਾ ਨੂੰ ਸਾਈ ਵੀ ਦੇ ਆਇਆ ਗੱਡੀ ਦੀ ਲੈਮੋਸੀਨ ਲੈ ਦੇਣੀ ਆ ਤੇ ਮਾਂ ਪਿਓ ਨੂੰ ਬੁੜਾ ਪਿਓ ਹੋਏ ਮੇਰਾ ਤੈਨੂੰ ਪਤਾ ਹੁੜੇ ਖੁੜੇ ਤੇ ਟੁਰਦੇ ਮਾਇਆ ਨਾ ਉਹਨੂੰ ਗੱਡੀ ਲੈ ਤੇ ਦੇਵਾਂ ਤੇ ਮੈਨੂੰ ਹੀ ਕਰ ਦਿਓ ਹੁਣ ਨਹੀਂ ਆਉਂਦੇ ਹੁਣ ਟਾਈਮ ਕੀ ਆ ਨਾ ਯਾਰ ਨਾ ਮੈਂ ਉਹ ਗੱਲ ਸੁਣ ਲੈ ਮੇਰੀ ਤੂੰ ਐਵੇਂ ਨਿੱਕੀ ਸੋਚ ਵਾਲਾ ਬੰਦਾ ਹੈਗਾ ਕਾਲਾ ਨਾਲ ਵੱਜਾਂ ਆਈ ਜਿਵੇਂ ਸਾਡੇ ਗੱਲ ਪਵਾਈ ਹੋ ਅੱਲਾ ਦੇ ਬੰਦਿਆਂ ਵੜਲੇ ਤੈਨੂੰ ਚੁੱਪ ਕਰ ਤੇ ਤੇਰੇ 10,000 ਦੇਣਾ ਨਾ ਮੈਂ ਤਾਂ ਨਾ ਇਹਨੂੰ 20,000 ਰੁਪਈਆ ਤੇਰੇ ਮੂੰਹ ਤੇ ਮਾਰ ਸਾਂ ਯਾਰ ਹੋਰ ਦੱਸ ਬਲਕਿ ਮੇਰੀ ਗੱਲ ਸੁਣ ਲੈ ਹੁਣ ਅਸੀਂ ਹੋ ਗਏ ਅਮੀਰ ਬੰਦੇ ਮੈਂ ਆ ਛੜਾ ਸਾਹਿਬ ਕੌਣ ਆ ਭਲਾ ਮੈਂ ਛੜਾ ਸਾਹਿਬ ਛੜਾ ਮੀਆਂ ਸਾਹਿਬ ਛੜਾ ਮੀਆਂ ਸਾਹਿਬ ਅਦਬ ਨਾਲ ਸਦਨਾ ਐਂ ਕਰ ਗੱਲ ਕਰ ਐਂ ਛੜਾ ਮੀਆਂ ਸਾਹਿਬ ਛੜਾ ਮੀਆਂ ਸਾਹਿਬ ਹਾਂ ਵੱਡਲ ਮੈਂ ਆ ਜਾਵਾਂ ਮੁੜ ਵੱਡਲੇ ਤੂੰ ਆ ਜਾਵੀ ਤੇ ਨਾਲੇ ਗੱਲ ਸੁਣ ਮੇਰੀ 2-3 ਦਿਨਾਂ ਤੋੜੀ ਤੈਨੂੰ ਅਗਰ ਟਾਈਮ ਲੱਗੇ ਨਾ ਸਾਡੇ ਘਰੇ ਮੁਲਾਜ਼ਮਤ ਕਰ ਲੈ ਆਚਾ ਆਚੂ ਬੰਦੇ ਨੂੰ ਪਕਾ ਪਕੂ ਡੇਰਿਆਂ 'ਚ ਦਿੱਤੀ ਰੱਖੀ ਕਿਤੇ ਤਨਖਾਹ ਦੇ ਉਹ ਤਨਖਾਹਾਂ ਤੇਰੇ ਕੁੱਤਿਆਂ ਨੂੰ ਹੀ ਗਣੀਆਂ ਯਾਰ ਤੂੰ ਟੈਨਸ਼ਨ ਕਿਉਂ ਲੈਂਦਾ ਜਿਸ ਵੇਲੇ ਤੂੰ ਸਾਡੇ ਨਾਲ ਰਲਾਵੇਂ ਲੱਗ ਗਈ ਹੋ ਤੈਨੂੰ ਤਨਖਾਹਾਂ ਹੀ ਤਨਖਾਹਾਂ ਮੈਂ ਨਗਰੂ ਤੈਨੂੰ ਗੱਡੀ ਵੀ ਲੈ ਦੇ ਸਕਦਾ ਚਾਰ ਲੱਖ ਰੁਪਏ ਤਨਖਾਹ ਮੈਂ ਪੱਕਾ ਕਿਸੇ ਹੋਰ ਬੰਦੇ ਨਹੀਂ ਰੱਖਣਾ ਜੀ ਠੀਕ ਮੈਂ ਕਰਸਾ ਤੁਹਾਡੀ ਨੌਕਰੀ ਤੂੰ ਬੇਫਿਕਰ ਹੋ ਜਾ ਹੁਣ ਮੈਂ ਆ ਜਾਵਾਂ ਹੈ ਮੈਂ ਆਣਾ ਤੂੰ ਬੇਫਿਕਰ ਹੋ ਜਾ ਅੱਛਾ ਹਾਂ ਕਦੇ ਮੈਂ ਵੀ ਕਰ ਲਵਾਂ ਉਦੋਂ ਹੁਣ ਦੱਸ ਤੈਨੂੰ ਮੈਂ ਆਂਦਾ ਨਾ ਕਰ ਲੈ ਹਾਂਜੀ ਉਹਦਾਂ ਸਾਡੇ ਦਾ ਮਜ਼ਾਕ ਹੈ ਇਹ ਹਸਰੀ ਤੁਸੀਂ ਕਸ਼ਰੇ ਕਮਾ ਸਕਦੇ ਨੇ ਟਾਈਮ ਵੇਸ਼ ਹੁੰਦਾ ਟਾਈਮ ਵੇਸ਼ ਵੇਖ ਅੱਜ ਰੁਪਈਏ ਗਲਤੀ ਹੋ ਗਈ ਮੇਰੇ ਤੋਂ ਬਸ ਮੁੜ ਹੁਣ ਗਲਤੀ ਹੋਈ ਤੇ ਜਾ 40 ਸਿਰ ਮਾਰ ਜਾ ਤੇ ਮੈਂ ਮੁੜ ਵੱਡੇ ਆਸ ਆਉਂ ਠੀਕ ਹੈ ਨਾ ਹਾਂ ਹਾਂ ਜਾ ਮਾਰੀਆ ਉਂਗਲਾ ਮਾਰੀਆ ਦੀ ਸਲਮਾਨੀ ਨਾਈ ਨਾ ਆਪਣੇ ਨਾਲ ਵੱਧ ਜਸਈ ਉਹ ਗਣੇ ਪੈਸੇ ਕਮਾ ਲਈ ਸਹੀ ਹਾਏ ਭਲਾ ਹੋਇਆ ਹੈਪਸਟਰ ਕਾਂਬਟ ਵਾਲਾ ਦਾ ਜਿਨ੍ਹਾਂ ਦੀ ਸਾਨੂੰ ਆ ਗੇਮ ਦਿੱਤੀ ਯਕੀਨ ਕਰ ਜਾ ਮੈਂ ਆਨਾ ਕੋਈ ਤਲਾ ਲੱਗੇ ਜਾਂਦੇ ਤਲਾ ਰੁਪਈਏ ਆਏ ਵੋ ਓਏ ਅਬਲ ਤਾਂ ਓਏ ਅੰਮਾ ਉਹ ਕੋਈ ਬੋਰੇ ਸ਼ੋਰੇ ਸੀ ਰੱਖ ਵੱਡੇ ਬੈਂਕ ਚ ਰੁਪਈਏ ਬਾਹਰ ਤੇ ਲਿਆਉਣੇ ਨੋ ਢਾਈ ਢਾਈ ਮਾਣਾ ਸੀ ਲੈ ਹਾਂ ਲੈ ਲਾਟੂਆ ਥੱਲੇ ਅੱਬਾ ਹਜ਼ੂਰ ਅੰਮਾ ਹਜ਼ੂਰ ਖੁਸ਼ ਰਹੋ ਬੱਚਾ ਖੁਸ਼ ਰਹੋ ਮਾਂ ਪਿਓ ਦੀ ਮੀਆਂ ਦੁਆ ਲੈਣੀ ਲਾਜ਼ਮੀ ਹੁੰਦੀ ਹੈ ਓਏ ਅੱਬਾ ਜੀ ਹੁਣ ਸਾਨੂੰ ਤੁਸੀਂ ਐਂ ਕੰਮ ਕਰੋ ਅਤੇ ਅੰਮਾ ਜੀ ਤੁਸੀਂ ਸਾਨੂੰ ਦੁਆ ਦਿਓ ਅਸੀਂ ਜਾਂਦੇ ਪਏ ਹਾਂ ਗੱਟੇ ਗੁੱਟੇ ਲੈ ਅਤੇ ਰੁਪਈਏ ਮੱਡ ਲਵਾਉਣ ਵਾਸਤੇ
ਜੇ ਅਗਰ ਸਾਡੇ ਕੋਲ ਵੱਧ ਗਿਆ ਨਾ ਤੇ ਅਸੀਂ ਬਾਕੀ ਰਿਸ਼ਕੇ ਦੇ ਉੱਤੇ ਲਦਾ ਤੇ ਲਾਇਆ। ਅੱਛਾ ਹਾਂ ਸਾਨੂੰ ਆ ਦੀਵਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਹਾਂ ਲਿਓ ਲਿਓ ਜਲਦੀ ਚੰਗਾ ਅੰਬਾ ਠੀਕ ਆ ਚੰਗਾ ਬਾਹੂ ਯਾ ਅੱਲਾ ਮੇਰੇ ਬੱਚਿਆਂ ਨੇ ਆਸਮਾਨ ਚਲ ਆ ਬਾਹੂ ਚਲ ਭਾਈ ਦੁਆ ਕਰੀ ਸਾਨੂੰ ਕੋਈ ਰਾਹ ਦੇ ਡਾਕੂ ਸ਼ਾਕੂ ਨਾ ਪਾ ਅੱਲਾ ਕਰੇਗਾ ਅੱਲਾ ਕਰਮ ਕਰੇ ਯਾਰ ਕੱਚੇ ਬਾਅਦ ਚ ਬਚਾ ਕੇ ਆਏ ਜੇ ਮੇਰਾ ਆਜ ਹੋ ਜੇ ਹਾਂ ਛੇਤੀ ਆ ਜਾ ਸਾਂ ਸਾਰਾ ਕੱਚਾ ਰਾਸਤਾ ਧਿਆਨ ਨਾਲ ਆਇਆ ਜੀ ਫੇਲ ਹੀ ਨਹੀਂ ਹੈਗਾ ਜਿਸ ਲਈ ਪੈਸੇ ਆ ਗਏ ਤੇ ਇੰਨੀ ਖੋਲ ਕਰਾ ਸਾਂਦੀ ਮੈਂ ਹੁਣ ਨਾ ਪੂਰੇ ਪਿੰਡ ਵਾਲਿਆਂ ਦਾ ਨਾ ਮੂੰਹ ਬੰਦ ਕਰ ਦੇਣਾ ਸਾਡਾ ਛੋਰ ਆਉਣ ਗਿਆ ਪੈਸੇ ਲੈਣ ਤੇ ਤੇਰਾ ਵੀ ਮੂੰਹ ਬੰਦ ਹੋ ਜਾਏਗਾ ਤੂੰ ਹੀ ਵੇਖ ਮੇਰੀ ਤਾਂ ਨਿਗੇ ਨੀ ਕੰਮ ਕਰਦੀ ਵੀ ਵੇਖ ਤੇ ਘਰ ਆਪਣੇ ਦੋਵੇਂ ਪੁੱਤਰ ਨਹੀਂ ਆਏ ਅੱਲਾ ਖੈਰ ਕਰੇ ਕੀ ਹੋ ਗਿਆ ਕਿ ਕਿਹੜਾ ਇੰਨਾ ਟਾਈਮ ਹੋ ਗਿਆ ਸ਼ਾਮ ਹੋਣ ਵਾਲੀ ਹੈ ਤੇ ਅਜੇ ਤੱਕ ਨਹੀਂ ਆਏ ਹੈਗੇ ਉਹ ਪੈਸੇ ਕਿਹੜੇ ਥੋੜੇ ਨੇ ਜਿਹਨਾਂ ਲੱਗ ਪੈਸੇ ਉਹ ਆਉਣਗੇ ਤੇ ਜਗ੍ਹਾ ਬਣਾਈ ਘਰੇ ਕੋਈ ਮੈਂ ਤਾਂ ਆਪਣੀਆਂ ਦੋਵੇਂ ਪੇਟੀਆਂ ਵੀ ਵਿਹਲੀਆਂ ਕਰ ਲਈਆਂ ਤੇ ਟਰੰਕ ਵੀ ਵਿਹਲੇ ਕਰ ਅੱਛਾ ਚਲੋ ਇਹ ਕੰਮ ਬੜਾ ਚੰਗਾ ਕੀਤਾ ਆ ਕੇ ਪੈਸੇ ਵੀ ਵਿੱਚ ਰੱਖਣੇ ਨੇ ਆਪਾਂ ਹੋਰ ਕੀ ਆ ਜਾਂ ਮੈਂ ਪੈਸੇ ਰੱਖਾਂ ਅੱਲਾ ਦੀ ਬੰਦੀ ਆ ਮੈਨੂੰ ਆਪਣੇ ਵਾਲੇ ਬਾਲ ਨਹੀਂ ਲੱਗੀ ਜਾਂਦੇ ਲੱਗੀ ਤਾਂ ਆਪਣੇ ਹੀ ਜਾਂਦੇ ਨੇ ਹੈਗੇ ਤੇ ਆ ਰੋਂਦੇ ਕਿਵੇਂ ਆਉਂਦੇ ਨੇ ਆ ਇਹਨਾਂ ਨੂੰ ਕੀ ਹੋ ਗਿਆ ਆ ਮੈਨੂੰ ਤਾਂ ਲੱਗਦਾ ਡਾਕੂ ਪੈ ਗਏ ਨੇ ਰਾਹ ਵਿੱਚ ਕੱਚੇ ਵਾਲੇ ਕੀ ਹੋ ਗਿਆ ਮੇਰੇ ਲਾਲ ਨੂੰ ਕੀ ਹੋਇਆ ਕੀ ਹੋ ਗਿਆ ਮੇਰੇ ਪੁੱਤਰ ਨੂੰ ਪੈਸੇ ਕਿੱਥੇ ਆਪਣੇ ਮੇਰੀ ਬੰਦੀ ਮਨ ਲੱਗੀ ਜਾਂਦਾ ਪੈਸੇ ਨੇ ਜ਼ਿਆਦਾ ਖੁਸ਼ੀ ਦੀ ਵਜ੍ਹਾ ਨਾਲ ਰੋਂਦੇ ਪੈਣ ਚੱਲ ਆਹ ਸੰਭਾਲੀਏ ਉਹ ਡੋਡਾ ਖਾਣਾ ਖਰਾਬ ਹੋਵੇ ਮੈਨੂੰ ਵੀ ਦੱਸ ਦੋ ਪੈਸੇ ਕਿੱਥੇ ਮੇਰੀ ਕਾਰ ਕਿੱਥੇ ਮੇਰੇ ਤਾਂ ਤੁਸੀਂ ਆਲ ਵੀ ਕਾਲੇ ਮੂੰਹ ਵਾਲੇ ਨਾ ਲੱਗੇ ਖਾਣਾ ਖਰਾਬ ਹੋਇਆ ਦਰਜੀ ਜਵੇਦ ਦੀ ਮੈਨੂੰ ਕਾਲ ਆਈ ਏ ਉਹਨਾਂ 1400 ਰੁਪਏ ਕੀ ਦੱਸ ਵੀ ਦੋ ਕਿੰਨੇ ਪੈਸੇ ਨੇ ਓਏ ਅੱਬਾ ਉਹ ਜਿਹੜਾ 14.5 million ਆ ਮੇਰਾ ਤੇ ਇਹਦਾ ਆ ਕਿਹਤਾ ਤੇਰਾ 15 million 15 million ਇਹਦਾ ਅੱਛਾ ਉਹ ਸਾਰਾ 170 ਰੁਪਈਆ ਬਣਾ ਉਹਨਾਂ ਦਾ ਤੁਹਾਡਾ ਖਾਣਾ ਖਰਾਬ ਹੋਵੇ ਅਸਲਾਮ ਅਲੈਕਮ ਚੌਧਰੀ ਮੀਆਂ ਛੜਾ ਸਾਹਿਬ
ਮੈਂ ਤੁਹਾਡੀ ਨੌਕਰੀ ਕਰਨ ਆ ਗਿਆ ਤੇ ਨਾਲੇ ਮੇਰੇ 20,000 ਰੁਪਈਆ ਵੀ ਦਿਓ। ਤੂੰ ਕਿਹੜੇ ਪੈਸੇ ਲੈਣੇ 20,000 ਰੁਪਈਆ? ਮੇਰੇ ਕੋਲ ਉਧਾਰੇ ਲੈਣ ਉਹ ਡੋਡਾ ਖਾਣਾ ਖਰਾਬ। ਕਿੰਨੇ ਕੋ ਪੈਸੇ ਦੇਣੇ ਤੁਸੀਂ? ਕਿੰਦੇ ਕਿੰਦੇ ਲੈਣੇ? ਅਸ ਦੁਕਾਨ ਵਾਲਾ ਨਹੀਂ 50,000 ਅਸੀਂ ਹੁੰਦਾ ਦੇਵਣਾ ਦੇਵਣਾ ਤੇ ਆਖਾ ਰੋਟੀਆਂ ਵਾਲਾ ਨਹੀਂ ਅਸੀਂ ਬਾਹਰ ਜਾ ਦੁਕਾਨ ਤੇ ਰੋਟੀਆਂ ਖਾਂਦੇ 30,000 ਨਾਲ ਦੇਵਣਾ ਖਰਾਬ ਹੋਵੇ ਤੇਰਾ। ਹੋਰ ਕਿੰਦੇ ਕਿੰਦੇ ਦੇਣੇ ਨੇ? ਅਏ ਹੋਰ ਅਸੀਂ 4-5 ਜਣਾ ਦੇ ਦੇਵਣਾ 20,000 ਰੁਪਈਆ 4-5 ਲੱਖ ਹੋਇਆ 4-5 ਲੱਖ ਰੁਪਏ ਹੋਇਆ ਵੀ। ਚੌਧਰੀ ਛੜਾ ਸਾਹਿਬ ਮੇਰੇ ਵਾਸਤੇ ਕੀ ਹੁਕਮ ਹੈ ਹੁਣ? ਆ ਯਾਰ ਮਿੱਠਿਆ ਤੂੰ ਮੇਰਾ ਯਾਰ ਹੈ, ਮੈਨੂੰ ਚੌਧਰੀ ਚੌਧਰੀ ਨਾ ਸੱਦਾ ਕਰ, ਮੈਨੂੰ ਬਸ ਛੜਾ ਸਾਧ ਲਿਆ। ਪੈਸੇ ਕੋਲ ਨਹੀਂ? ਪੈਸੇ ਯਾਰ ਮੇਰੇ ਕੋਲ ਕੋਈ ਨਹੀਂ ਆ ਮੇਰੇ।